ਹਾਂਜੀ ਦੋਸਤੋ ਕੀ ਹਾਲ ਆ ਜੀ ਦੋਸਤੋ ਜ਼ਿੰਦਗੀ ਦੇ ਵਿੱਚ ਤੁਸੀਂ ਬਾਜ ਬਣਨਾ ਸਿੱਖੋ ਜਿਹੜੇ ਕਬੂਤਰ ਜਿਹੜੇ ਆਪਣੇ ਗੋਲੇ ਕਬੂਤਰ ਘੁੱਗੀਆਂ ਬਟੇਰੇ ਹੁੰਦੇ ਆ ਉਹ ਬਣਨਾ ਨਾ ਸਿੱਖੋ ਜਿਹੜੇ ਘੁੱਗੀਆਂ ਹੁੰਦੀਆਂ ਬਟੇਰੇ ਕਬੂਤਰ ਹੁੰਦੇ ਨੇ ਉਹਨਾਂ ਦੀ ਕੁਆਂਟੀਟੀ ਵੀ ਜ਼ਿਆਦਾ ਹੁੰਦੀ ਆ ਆਸਮਾਨ ਇਹ ਭਰ ਲੈਂਦੇ ਨੇ ਕਿੰਨੇ ਪੰਛੀ ਤੁਸੀਂ ਦੇਖੇ ਹੋਣੇ ਆਸਮਾਨ ਦੇ ਵਿੱਚ ਝੁੰਡਾਂ 'ਚ ਇਕੱਠੇ ਇਕੱਠੇ ਉੱਡਦੇ ਨੇ ਦੇਖਣ ਨੂੰ ਸੋਹਣੇ ਲੱਗਦੇ ਆ ਤੇ ਪ੍ਰਭਾਵ ਵੀ ਦੂਜਿਆਂ ਤੇ ਵੱਧ ਪਾਉਂਦੇ ਆ ਪਰ ਦੋਸਤੋ ਜਿਹੜਾ ਬਾਜ਼ ਹੁੰਦਾ ਉਹ ਕੱਲਿਆਂ ਹੀ ਉੱਡਦਾ ਆ ਕਿਉਂਕਿ ਉਹਨੂੰ ਆਪਣੇ ਤੇ ਮਾਣ ਹੁੰਦਾ ਆਪਣੇ ਵਿੱਚ ਉਹਦਾ ਦਮ ਹੁੰਦਾ ਉਹਨੂੰ ਪਤਾ ਕਿ ਕਬੂਤਰਾਂ ਘੁੱਗੀਆਂ ਦੇ ਵਿੱਚ ਨਾ ਤਾਂ ਮੈਂ ਡਾਰੀ ਲਾਉਣੀ ਆ ਨਾ ਮੈਂ ਆਪਣੇ ਨਿਆਣਿਆਂ ਨੂੰ ਲਾਉਣ ਦੇਣੀ ਆ ਮੈਂ ਕੱਲਾ ਹੀ ਆ ਜਿਹੜਾ ਇੰਨਾ ਸ਼ਿਕਾਰ ਖੇਡਣਾ ਆ ਤੇ ਕੱਲੇ ਨੇ ਹੀ ਉੱਡਣਾ ਜਿਹਦੇ ਕਰਕੇ ਦੋਸਤੋ ਬਾਜ਼ ਉੱਥੇ ਤੱਕ ਡਾਰੀ ਮਾਰ ਦਿੰਦਾ ਜਿਸ ਤੱਕ ਘੁੱਗੀਆਂ ਦੇ ਕਹ ਲੋ ਵੀ ਸਾਹ ਮੁੱਕ ਜਾਂਦੇ ਨੇ ਤੇ ਬਿਹੋਸ਼ੀ ਨਾਲ ਥੱਲੇ ਡਿੱਗੇ ਹੁੰਦੇ ਨੇ ਸੋ ਦੋਸਤੋ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਆਪਣਾ ਤੁਸੀਂ ਰੁਤਬਾ ਹੈਗਾ ਆਪਣਾ ਜਿਹੜਾ ਐਟੀਟਿਊਡ ਹੈਗਾ ਉਹ ਬਾਜ ਵਾਂਗੂ ਤੁਹਾਨੂੰ ਰੱਖਣਾ ਚਾਹੀਦਾ ਉਡਾਦੀ ਉੱਚੀ ਦੀ ਸੋਚੋ ਇਹ ਨਾ ਸੋਚੋ ਕਿ ਅਸੀਂ ਗਰੁੱਪ ਦੇ ਵਿੱਚ ਵੀ ਮੈਨੂੰ ਜੇ 100 ਬੰਦਾ ਜਾਂ 50 ਬੰਦੇ ਮੈਨੂੰ ਜਾਣਦੇ ਹੋਣਗੇ ਵੀ ਖਾਣੀ ਮੇਰੀ ਤਾਂ ਹੀ ਬੱਲੇ ਬੱਲੇ ਆ ਥੋੜੀ ਬੱਲੇ ਬੱਲੇ ਦੋਸਤੋ ਤੁਹਾਡੇ ਨਾਲ ਤੁਸੀਂ ਆਪਣਾ ਜਿਹੜਾ ਰੁਤਬਾ ਐਟੀਟਿਊਡ ਹੈਗਾ ਉਹ ਵੱਡਾ ਰੱਖੋ ਉਹ ਵਧੀਆ ਰੱਖੋ ਆਪਣਾ ਕੈਰੈਕਟਰ ਉੱਚਾ ਰੱਖੋ ਜਿਵੇਂ ਇੱਕ ਜਿਵੇਂ ਕਿ ਇੱਕ ਬਾਜ ਦਾ